صلى الله <سؤال> عليك يا رسول الله صلى الله عليك يا حبيب الله يا رسول الله يا حبيب الله صلى الله عليك يا رسول الله صلى الله عليك يا حبيب الله اوزب اللہ ابن شرط وان الراجیم بسم اللہ الرحمن الرحیم میرے دوستو تے میرے اسلامی بھائی بہنو اج تان میں او طریقہ دسن لگا جو دے نال ساواں دے نال جتے ذکر مل جاندے تے پھر اندرو کیڑی آواز آندی ہے کہ جے دے بارے بزرگاں کو دے شعر وی سنانے میں جس پایا عبد اللہ شاہ سرکار فرماندے ہیں جس پایا پیت کلندر دا ਉਨੇ ਖੋਜਿਆ ਰਾਹ ਅੰਦਰ ਦਾ ਦੋਸਤੋ ਬੁੱਲੇ ਸ਼ਾ ਫਰਮਾਨਦੇ ਨੇ ਜਿਸ ਪਾਇਆ ਪੇਤ ਕਲੰਦਰ ਦਾ ਉਹਨੇ ਖੋਲੇ ਰਾਹ ਅੰਦਰ ਦਾ ਅੰਦਰ ਦਾ ਰਾਹ ਕੀ ਹੈ ਤੁਹਾਨੂੰ ਇਹ ਦੱਸਣਾ ਤੇ ਨਾਲ ਤੁਹਾਨੂੰ ਦੱਸਣਾ ਵੀ ਸਾਮਾਨਾ ਜੋ ਜ਼ਿਕਰ ਮਿਲ ਜਾਂਦਾ ਫਿਰ ਜ਼ਿਕਰ ਅੰਦਰੋਂ ਆਵਾਜ਼ ਕਿਹੜੀ ਆਂਦੀ ਦੋਸਤੋ ਤੁਹਾਨੂੰ ਮੈਂ ਤਿੰਨ ਜ਼ਿਕਰ ਕਰਕੇ ਦੱਸਦੇ ਨੇ ਜਿਹੜਾ ਤੁਹਾਨੂੰ ਜ਼ਿਕਰ ਪਸੰਦ ਹੋਵੇ ਉਹ ਤੁਸੀਂ ਕਰ ਸਕਦੇ ਹੋ ਉਹ ਵੀ ਤੁਹਾਨੂੰ ਬੇਫਿਕਰ ਹੋ ਕੇ ਕੋਈ ਉਹਦੇ ਖੌਫ ਖਾਨ ਦੀ ਲੋੜ ਨਹੀਂ ਆਈ ਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਕਲਮੇ ਸ਼ੀਰ ਦਾ ਜ਼ਿਕਰ ਕਰਕੇ ਦੱਸਣਾ ਜਦੋਂ ਬੰਦੇ ਦਾ ਕਲਬ ਜਾਰੀ ਹੋ ਜਾਂਦਾ ਹੈ ਸਾਵਾ ਵਿੱਚ ਰਚ ਜਾਂਦਾ ਹੈ ਤੇ ਫਿਰ ਉਹ ਜ਼ਿਕਰ ਕਿਸ ਤਰ੍ਹਾਂ ਹੁੰਦਾ ਹੋਂਡ ਬਿਲਕੁਲ ਬੰਦ ਕਰ ਲੈਣੇ ਹੋਂਡ ਨਹੀਂ ਹੁਣ ਤਸਵਰ ਵਿੱਚ ਪੜਨਾ ਹੈ ਤੇ ਦੇਖੋ ਕਿਸ ਤਰ੍ਹਾਂ ਪੜਨਾ ਹੈ ਪਹਿਲਾਂ ਦੇਖੋ ਹੋ ਦੋਸਤੋ ਦੇਖਿਆ ਕਲਮੇ ਸ਼ਰੀਦਾ ਜ਼ਿਕਰ ਮੈਂ ਤੁਹਾਨੂੰ ਕਰਕੇ ਦੱਸਿਆ ਹੁਣ ਇਸ ਤੋਂ ਬਾਅਦ ਤੁਹਾਨੂੰ ਜ਼ਿਕਰ ਜਿਹਨੂੰ ਐ ਪਸੰਦ ਦੇ ਕਲਮੇ ਸ਼ਰੀਦਾ ਕਰੇਗਾ ਜਦੋਂ ਕਲਬ ਜਾ ਰਿਹਾ ਹੋਵੇ ਫਿਰ ਤਿੰਨਾਂ ਜ਼ਿਕਰਾਂ 'ਚ ਇੱਕ ਜ਼ਿਕਰ ਪਸੰਦ ਮੰਨਦੇ ਦਿਲ ਕਲਬ ਜਾਰਾ ਨਾ ਕੈਚ ਕਰਦਾ ਤਿੰਨਾਂ ਜ਼ਿਕਰਾਂ ਤੋਂ ਹੋਣ ਦਾ ਕਰਕੇ ਦਨ ਅੱਲਾਹੂ ਦਾ ਜ਼ਿਕਰ ਜਦੋਂ ਅੱਲਾਹੂ ਪੱਕ ਜਾਂਦਾ ਬੁਕਾਉਂਦੇ ਨੇ ਬਜ਼ੁਰਗ ਇਸ ਤਰ੍ਹਾਂ ਫਿਰ ਕਰਦੇ ਨੇ ਜ਼ਿਕਰ ਹੋਂਡ ਬੰਦ ਰੱਖਣੇ ਹੋਂਡ ਨਹੀਂ ਖੁੱਲਣੇ ਤੁਹਾਡੇ ਦੇਖੋ ਹੂੰਡਾਂ ਦੇ ਕੋ ਹੋਂਡ ਬੰਦ ਨੇ ਬਿਲਕੁਲ ਉਹ ਦੋਸਤੋ ਇਹ ਤੁਹਾਨੂੰ ਮੈਂ ਅੱਲਾਹ ਨੂੰ ਜ਼ਿਕਰ ਕਰਕੇ ਸਾਹਾਂ ਨਾਲ ਕਹਾਂ ਜੂ ਸਾਹਾਂ ਵਾਸਤੇ ਹੁੰਦਾ ਫਿਰ ਇਸ ਤਰ੍ਹਾਂ ਆਵਾਜ਼ ਆਉਂਦੀ ਜਿਨੂੰ ਮੇਰੇ ਦੋਸਤੋ ਅੱਲਾਹ ਖਾਲੀ ਪਸਾਂਦੇ ਨਾ ਜਿਹਨਾਂ ਦਾ ਦਿਲ ਅੱਲਾਹ ਖਾਲੀ ਪਸੰਦ ਕਰ ਉਹ ਮੇਰੇ ਦੰਦ ਦੱਸਦੇ ਹੁਣ ਬੰਦ ਕਰਕੇ ਤਸੱਵਰ ਕਰਕੇ ਇਸਮ ਦਾ ਤੇ ਬਸ ਉਸੇ ਹੀ ਪੜਨਾ ਫਿਰ ਦੇਖੋ ਹੁਣ ਤੁਹਾਡੇ ਮਨ ਰਹਿਣਾ ਚੀਜ਼ ਅੰਦਰ ਦੀ ਆਵਾਜ਼ ਆਉਣਾ ਚੀਜ਼ੀ ਕਲੰਦਰਾਂ ਦਾ ਜਿਹੜਾ ਜਿਹੜਾ ਰਸਤਾ ਹੈਗਾ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਜੋ ਜ਼ਿਕਰ ਖਤਮ ਕਰੋ ਉਸ ਤੋਂ ਬਾਅਦ ਲਾ ਇਲਾ ਇਲਾ ਲਾ ਮੁਹਮਮਦ ਰਸੂਲullah ਜ਼ੋਰ ਪੜ੍ਹਾ ਕਰੋ ਜੋ ਦੋਸਤੋ ਤਨ ਮੈਂ ਤਿੰਨੇ ਜ਼ਿਕਰ ਕਰਕੇ ਦੱਸਦਾ ਕਲਮਾ ਸ਼ਹੀਦਾ ਜ਼ਿਕਰ ਵੀ ਕਰਕੇ ਦੱਸਦਾ ਉਸ ਤੋਂ ਬਾਅਦ ਅੱਲਾਹੂ ਦਾ ਵੀ ਜ਼ਿਕਰ ਕਰਕੇ ਦਹਤਾ ਹਾਲੀ ਅੱਲਾ ਤਿੰਨ ਜ਼ਿਕਰਾਂ ਜੋ ਇੱਕ ਜ਼ਿਕਰ ਜਿਹੜਾ ਮਾਰੀ ਤੁਸ ਪਸੰਦ ਕਰਕੇ ਤੇ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਜਦੋਂ ਸਾਹਾਂਾਂ ਵਿੱਚ ਬਾਸ ਜਾਂਦਾ ਜ਼ਿਕਰ ਤੁਹਾਨੂੰ ਆਵਾਜ਼ ਦੱਸੀ ਫਿਰ ਅੰਦਰ ਉਹ ਆਵਾਜ਼ ਆਉਂਦੀ ਫਿਰ ਇੱਕ ਹੈ ਨਹੀਂ ਤੁਸੀਂ ਯਾਨੀ ਕਿ ਫਿਰ ਹਰ ਵਕਤ ਇਹ ਚੱਲਦੇ ਰਹਿੰਦਾ ਕੰਮ ਲੇਕਿਨ ਮੇਰੇ ਦੋਸਤੋ ਇਹ ਚੱਲਦਾ ਉਦੋਂ ਜੇ ਨਮਾਜ਼ ਪੜੋ ਕੁਰਾਨ ਪੜੋ ਉਸ ਤੋਂ ਬਾਅਦ ਇਹ ਕੰਮ ਜਦੋਂ ਨਮਾਜ਼ ਪੜ ਕੇ ਟੋ ਕੋ 10 ਮਿੰਟ ਇੱਕ ਸਾਈਡ ਤੇ ਹੋ ਕੇ ਪੜੋ ਇਨਸ਼ਾਅੱਲਾ ਤੁਹਾਡਾ ਕਲਬ ਇਸ ਤਰ੍ਹਾਂ ਜਾਰੀ ਹੋ ਜਾਏਗਾ ਤੁਹਾਨੂੰ ਵੀ ਇਹ ਤਰੀਕਾ ਆ ਜਾਏਗਾ ਇਹ ਹੈਗਾ ਕਲੰਦਰਾਂ ਦਾ ਤਰੀਕਾ ਦੋਸਤੋ ਤੇ ਇਹ ਤੁਹਾਨੂੰ ਮੈਂ ਦੱਸਦੇ ਤਿੰਨ ਜ਼ਿਕਰ ਇੱਕ ਵੀਡੀਓ ਤੋਂ ਮੈਂ ਤਿੰਨ ਜ਼ਿਕਰ ਕਰਕੇ ਦੱਸ ਦਿੱਤੇ ਨੇ ਤਾਂ ਕਿ ਤੁਹਾਨੂੰ ਪਰੇਸ਼ਾਨੀ ਜਿਸ ਬੱਚੇ ਨੂੰ ਜਿਹੜਾ ਸ਼ੌਕ ਹੈ ਕਿਸੇ ਨੂੰ ਕਲਮੇ ਸ਼ਰੀਫ ਦਾ ਸ਼ੌਕ ਲਾਇਲਾ ਪੜਨ ਦਾ ਉਹ ਪੜ ਸਕਦਾ ਹੈ ਜਿਨਾਂ ਯਾ ਅੱਲਾਹ ਨੂੰ ਪੜਨ ਦਾ ਸ਼ੌਕ ਉਹ ਪੜਦਾ ਜਿਨੂੰ ਅੱਲਾਹ ਪੜਨ ਦਾ ਸ਼ੌਕ ਉਹ ਤਿੰਨੇ ਜ਼ਿਕਰ ਤੁਹਾਨੂੰ ਕਰਕੇ ਦੱਸਦੇ ਇਸ ਤਰ੍ਹਾਂ ਹੌਂਟ ਬੰਦ ਕਰਕੇ ਇਸ ਤਰ੍ਹਾਂ ਪੜਨੇ ਚ ਲੋ ਦੋਸਤੋ ਜ਼ਿਕਰ ਤੁਹਾਨੂੰ ਮੈਂ ਦਿੱਤਾ ਦੱਸ ਠੀਕ ਹੈ ਦੋਸਤੋ ਹੁਣ ਤੁਹਾਨੂੰ ਜਿਹੜੀ ਮੈਂ ਵੀਡੀਓ ਬਣਾਉਣਾ ਵਾਂ ਤੁਹਾਨੂੰ ਆਪਣੇ ਬਚਾਈਦਾ ਤੁਹਾਨੂੰ ਜਿਹੜੀ ਵੀਡੀਓ ਅੱਛੀ ਲੱਗਦੀ ਉਹਨੂੰ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਕਰਿਆ ਕਰੋ ਜ਼ਰੂਰ ਔਰ ਸ਼ੇਅਰ ਵੀ ਕਰਿਆ ਕਰੋ ਇਹ ਜ਼ਰੂਰ ਹੈ ਮੇਰੀ ਗੱਲ ਯਾਦ ਰੱਖੋ ਮੈਂ ਤੁਹਾਨੂੰ ਸਿੱਧ ਨਹੀਂ ਕਹਾਂਦਾ ਚਲੋ ਬੱਚੇ ਆਪੇ ਹੀ ਕਰ ਦੇਣਗੇ ਲੇਕਿਨ ਤੁਸੀਂ ਵੀ ਦੇਖੋ ਕਰਿਆ ਕਰੋ ਨਾ ਆਪਣੇ ਆਪ ਤੁਹਾਨੂੰ ਜਿਹੜਾ ਐਡ ਐਡ ਅੱਛੇ ਵਜ਼ੀਫੇ ਤੁਹਾਨੂੰ ਜਿਹੜੀ ਅਜੀ ਚੀਜ਼ ਮੈਂ ਦੱਸਣਾ ਤੇ ਤੁਹਾਡਾ ਵੀ ਕੰਮ ਹੈ ਆਪਣਾ ਨੂੰ ਸਬਸਕ੍ਰਾਈਬ ਕਰਨਾ ਲੋ ਬੱਚੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਹੋਰ ਨਾਲ ਬਾਬੇ ਨੂੰ ਵੀ ਯਾਦ ਰੱਖੋਗੇ ਬਾਬਾ ਤੁਹਾਨੂੰ ਯਾਦ ਰੱਖੇ ਮੇਰੀ ਗੱਲ ਚੰਗੀ ਤਰ੍ਹਾਂ ਸੋਚ ਲਓ ਬਾਬੇ ਨੂੰ ਤੁਸੀਂ ਯਾਦ ਕਰੋਗੇ ਤੇ ਬਾਬਾ ਤੁਹਾਨੂੰ ਯਾਦ ਇਨਸ਼ਾਅੱਲਾ ਜ਼ਰੂਰ ਰੱਖੇਗਾ ਤੁਹਾਨੂੰ ਦੱਸਦਾ ਤੇ ਦੋਸਤੋ ਜਨਮੇਸ਼ੀ ਚਲੰਗਰ ਹਿੱਸਾ ਪਾਣਾ ਨੀਝੇ ਭ ਚੰਨ ਦੀ 10 ਤਰੀਕ ਨੂੰ ਤੁਹਾਨੂੰ ਗਿਆ ਹੁੰਦਾ ਜੇ ਨੂੰ ਦੋਸਤੋ ਇਹਨੂੰ ਯਾਦ ਰੱਖੋ ਤੇ ਬਸ ਵੈਰ ਇਸ ਲਈ ਕਹਿੰਦੇ ਨੇ ਬਾਬਾ ਜੀ ਮੇਰੇ ਬਾਬਾ ਜੀ ਫਰਮਾਉਂਦੇ ਹੁੰਦੇ ਸੀ ਕਹਿੰਦੇ ਪੁੱਤਰ ਜਦੋਂ ਮੂੰਹ ਖਾਂਦਾ ਨਾ ਤੇ ਅੱਖ ਸ਼ਰਮਾਂਦੀ ਹੈ ਇਸ ਲਈ ਜਦੋਂ ਬੰਦਾ ਕਿਸੇ ਦਾ ਕੋਈ ਲੰਗਰ ਪਾਣੀ ਖਾਣ ਦੇ ਵੇਲੇ ਅੱਖ ਸ਼ਰਮਾਂਦੀ ਸੀ ਤੇ ਕਹਿੰਦੇ ਨੇ ਮੂੰਹ ਖਾਵੇ ਤੇ ਅੱਖ ਸ਼ਰਮਾਵੇ ਦੋਸਤੋ ਇਸ ਲਈ ਤੁਸੀਂ ਮੇਰਾ ਖਿਆਲ ਕਰੋਗੇ ਮੈਂ ਤੁਹਾਡਾ ਖਿਆਲ ਕਰਾਂਗਾ ਇਹ ਤਾਂ ਹੋਣ ਸਕਦਾ ਤੁਸੀਂ ਮੇਰਾ ਖਿਆਲ ਨਾ ਕਰੋ ਮੈਂ ਤੁਹਾਡਾ ਖਿਆਲ ਕਰਿਆ ਹੋ ਮੈਂ YouTube ਤੇ ਆਏ ਇਸੇ ਣੀਆਂ ਦੋਸਤੋ ਵੀ ਬੱਚਿਆਂ ਨੂੰ ਅੱਛਾ ਅੱਛੇ ਬਾ ਮੋਕਲਮਲ ਆਮ ਅਮਲ ਜਿਆ ਕਰਦਾ ਡਰਦੇ ਨਹੀਂ ਕਰਦੇ ਉਹ ਉਹਨਾਂ ਨੂੰ ਮੈਂ ਇਜਾਜ਼ਤ ਦਵਾ ਕਿਸੇ ਦਾ ਗੋਸੀ ਪੜੋ ਸੂਰਮ ਸੰਬਲ ਪੜੋ ਨਾਦੇ ਅਲੀ ਪੜੋ ਜਿਹੜਾ ਮਰਜ਼ੀ ਮੇ ਕੋਲ ਇਜਾਜ਼ਤ ਲੈ ਕੇ ਪੜ ਸਕਦੇ ਹੋ ਲੇਕਿਨ ਬੱਚੋ ਇਜਾਜ਼ਤ ਜ਼ਰੂਰੀ ਹੈਗੀ ਹੈ ਇਜਾਜ਼ਤ ਲੋਗੇ ਤੇ ਇਜਾਜ਼ਤ ਲੈਣ ਦਾ ਸੇ ਜੋ ਮੈਂ ਤੁਹਾਨੂੰ ਇਹਨਾਂ ਕੁਝ ਕਰਨਾ ਤੁਹਾਨੂੰ ਪਤਾ ਮੈਂ 40 ਸਾਲ 36 ਸਾਲ ਲਗਾਤਾਰ ਜਨਮ ਨੂੰ 36 ਸਾਲ ਤੂਤੇ ਹੋ ਗਿਆ ਤੁਹਾਨੂੰ ਦੱਸਦਾ ਤੇ ਮੈਂ ਇਹਨੂੰ ਕੰਮ ਸਮ ਕੇ ਕੀਤਾ ਹੈ मैं जो मजदूरी न करें मैं इनू भी मजदूरी समझ कि तुम्हें भी इन मजदूरी समझ के काम करना करना रोज़ाना जिक्र करना जरूर करना है जिस तरह काम तुम रोज़ाना कर दे रोटी रोजाना खाँदे जिक्र भी हर रोज़ करना है लो दोस्तों जिक्र करो तो फिर बाबे तो याद रखो कि सारी जिंदगी लोग असलम जी